ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਵਿੱਚ। ਅੱਜ ਆਪਾਂ ਬਣਾਵਾਂਗੇ ਗਰਮੀਆਂ ਦੀਆਂ ਦੋ ਸਪੈਸ਼ਲ ਰਿਫਰੈਸ਼ਿੰਗ ਡਰਿੰਕ ਜੋ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀਆਂ ਪੀਣ ਦੇ ਵਿੱਚ। ਤੁਹਾਨੂੰ ਲੱਗੇਗਾ ਹੀ ਨਹੀਂ ਕਿ ਤੁਸੀਂ ਇਹ ਘਰ ਬਣਾ ਕੇ ਇੰਜੋਏ ਕਰ ਰਹੇ ਹੋ, ਇਵੇਂ ਲੱਗੇਗਾ ਜਿਵੇਂ ਤੁਸੀਂ ਬਾਜ਼ਾਰ ਤੋਂ ਲਿਆ ਕੇ ਡਰਿੰਕ ਜਿਹੜੀ ਇੰਜੋਏ ਕਰ ਰਹੇ ਹੋ। ਇਹ ਡਰਿੰਕ ਆਪਾਂ ਕਿਵੇਂ ਬਣਾਉਣੀ ਹੈ, ਦੋ ਅਲੱਗ ਅਲੱਗ ਡਰਿੰਕ ਬਣਾਉਣੀ ਹੈ, ਮਟੀਰੀਅਲ ਦੋਨਾਂ ਡਰਿੰਕਸ ਦਾ ਮੈਂ ਇਕੱਠਾ ਹੀ ਰੱਖ ਲਿਆ ਹੈ। ਅਤੇ ਵੀਡੀਓ ਤੁਸੀਂ ਲਾਸਟ ਤੱਕ ਜ਼ਰੂਰ ਦੇਖਿਓ, ਜੇਕਰ ਥੋੜ੍ਹੀ ਜਿਹੀ ਵੀ ਪਸੰਦ ਆਉਂਦੀ ਹੈ ਲਾਈਕ ਕਰਿਓ, ਸ਼ੇਅਰ ਕਰਿਓ, ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਸਬਸਕ੍ਰਾਈਬ ਕਰਕੇ ਮੈਨੂੰ ਸਪੋਰਟ ਜ਼ਰੂਰ ਕਰਿਓ, ਔਰ ਕਮੈਂਟ ਕਰਨਾ ਬਿਲਕੁਲ ਵੀ ਨਾ ਭੁੱਲਿਆ ਕਰੋ, ਤੁਹਾਡੇ ਕਮੈਂਟ ਮੈਨੂੰ ਮੋਟੀਵੇਟ ਕਰਦੇ ਹੈ। ਅਤੇ ਚਲੀਏ ਦੇਖ ਲੈਂਦੇ ਹਾਂ ਡਰਿੰਕ ਆਪਾਂ ਕਿਵੇਂ ਬਣਾ ਕੇ ਤਿਆਰ ਕਰਨੀ ਹੈ। ਇਹ ਮਸਾਲਾ ਤੁਹਾਨੂੰ ਦਿਖ ਰਿਹਾ ਹੋਣਾ, ਇਹ ਮਸਾਲਾ ਜਿਹੜਾ ਇਹਦੇ ਵਿੱਚ ਮੈਂ ਸੌਂਫ, ਜੀਰਾ, ਕਾਲਾ ਨਮਕ ਅਤੇ ਕਾਲੀ ਮਿਰਚ ਦਾ ਪਾਊਡਰ, ਜਿਹੜੀਆਂ ਇਹ ਚਾਰੇ ਚੀਜ਼ਾਂ ਪੀਸ ਲਈਆਂ, ਪੀਸ ਕੇ ਇੱਕਦਮ ਇਹਦਾ ਪਾਊਡਰ ਬਣਾ ਕੇ ਤਿਆਰ ਕਰ ਲਿਆ। ਇਹ ਪਾਊਡਰ ਜਿਹੜਾ ਹੈ ਇਹ ਕਦੇ ਵੀ ਤੁਸੀਂ ਕੋਈ ਵੀ ਡਰਿੰਕ ਬਣਾਓ ਉਹਦੇ ਵਿੱਚ ਕੰਮ ਆਏਗਾ, ਬਹੁਤ ਹੀ ਟੇਸਟੀ ਇਹ ਪਾਊਡਰ ਬਣ ਕੇ, ਚਟਪਟਾ ਬਣ ਕੇ ਤਿਆਰ ਹੁੰਦਾ ਹੈ। ਇੱਥੇ ਮੈਂ ਗ੍ਰਾਈਂਡਰ ਜਾਰ ਲਿਆ ਆ, ਗ੍ਰਾਈਂਡਰ ਜਾਰ ਦੇ ਵਿੱਚ ਮੈਂ ਪਾ ਰਹੀ ਹਾਂ ਪੁਦੀਨਾ ਦੀਆਂ ਪੱਤੀਆਂ ਥੋੜ੍ਹੀਆਂ ਜਿਹੀਆਂ, ਜ਼ਿਆਦਾ ਪੁਦੀਨਾ ਦੀਆਂ ਪੱਤੀਆਂ ਨਹੀਂ ਪਾਣੀਆਂ। ਜੇਕਰ ਤੁਸੀਂ ਜ਼ਿਆਦਾ ਕੁਆਂਟਿਟੀ ਵਿੱਚ ਬਣਾ ਰਹੇ ਹੋ ਤਾਂ ਫਿਰ ਤੁਸੀਂ ਜ਼ਿਆਦਾ ਵੀ ਯੂਜ਼ ਕਰ ਸਕਦੇ ਹੋ, ਪਰ ਮੈਂ ਇੱਥੇ ਥੋੜ੍ਹੀ ਕੁਆਂਟਿਟੀ ਵਿੱਚ ਬਣਾ ਰਹੀ ਹਾਂ, ਇਸ ਕਾਰਨ ਪੁਦੀਨਾ ਦੇ ਪੱਤੇ ਜਿਹੜੇ ਥੋੜ੍ਹੇ ਯੂਜ਼ ਕੀਤੇ ਆ। ਛੋਟਾ ਜਿਹਾ ਅਦਰਕ ਦਾ ਟੁਕੜਾ ਜਿਹੜਾ ਇਹ ਪਾ ਰਹੇ ਹਾਂ। ਹੁਣ ਇੱਥੇ ਮੈਂ ਗੁੜ ਰੱਖਿਆ ਸੀ, ਕੱਟ ਕੇ ਇਹਨੂੰ ਥੋੜ੍ਹਾ ਜਿਹਾ ਫੇਰ ਲਿਆ, ਤੁਸੀਂ ਇਹਨੂੰ ਮੋਟੇ ਟੁਕੜਿਆਂ ਦੇ ਵਿੱਚ ਹੀ ਲੈਣਾ ਆ, ਕਿਉਂਕਿ ਇਹਨੂੰ ਗ੍ਰਾਈਂਡ ਕਰਨਾ ਤਾਂ ਪੀਸ ਜਾਏਗਾ, ਕੋਈ ਇੰਨੀ ਜ਼ਿਆਦਾ ਉਹ ਨਹੀਂ ਹੈ। ਹੁਣ ਜਿਹੜਾ ਆਪਾਂ ਪਾਊਡਰ ਬਣਾ ਕੇ ਰੱਖਿਆ, ਅੱਧਾ ਚਮਚ ਆਪਾਂ ਇਹ ਪਾਊਡਰ ਪਾ ਦੇਣਾ, ਜ਼ਿਆਦਾ ਨਹੀਂ ਪਾਉਣਾ। ਇਹ ਜਿਹੜਾ ਦਹੀਂ ਲਿਆ, ਦਹੀਂ ਪਾ ਦਿੰਦੇ ਹਾਂ ਇਹਦੇ ਵਿੱਚ। ਇਹ ਪਹਿਲੀ ਵੀ ਡਰਿੰਕ ਹੈ ਜਿਹੜੀ ਆਪਾਂ ਬਣਾ ਕੇ ਤਿਆਰ ਕਰ ਰਹੇ ਹਾਂ। ਦੂਸਰੀ ਡਰਿੰਕ ਦੇ ਵਿੱਚ ਆਪਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਘੱਟ ਪਾਣੀਆਂ ਇਹਦੇ ਵਿੱਚੋਂ। ਹੁਣ ਆਪਾਂ ਇਹਦੇ ਵਿੱਚ ਥੋੜ੍ਹਾ ਜਿਹਾ ਪਾਣੀ ਪਾਉਂਦੇ ਹਾਂ, ਥੋੜ੍ਹੇ ਜਿਹੇ ਆਈਸ ਕਿਊਬ ਪਾ ਦਿੰਦੇ ਹਾਂ। ਪੁਦੀਨਾ ਜਿਹੜਾ ਡਾਈਜੈਸ਼ਨ ਲਈ ਬਹੁਤ ਵਧੀਆ ਹੁੰਦਾ ਆ, ਅਤੇ ਪੁਦੀਨਾ ਤੁਸੀਂ ਥੋੜ੍ਹਾ ਜਿਹਾ ਜ਼ਰੂਰ ਪਾਇਓ। ਬਸ ਇਹਨੂੰ ਗ੍ਰਾਈਂਡ ਕਰਕੇ ਇੱਕਦਮ ਇਹਦਾ ਪੇਸਟ ਬਣਾ ਲੈਂਦੇ ਹਾਂ। ਸਾਰੀਆਂ ਚੀਜ਼ਾਂ ਮੈਂ ਪੀਸ ਲਈਆਂ, ਮਿਕਸ ਕਰ ਲਈਆਂ ਚੰਗੀ ਤਰ੍ਹਾਂ ਦੇ ਨਾਲ, ਤੁਸੀਂ ਦੇਖ ਸਕਦੇ ਹੋ। ਹੁਣ ਇਹਨੂੰ ਆਪਾਂ ਛਾਣ ਲੈਣਾ, ਜੋ ਵੀ ਮੋਟਾ ਮੋਟਾ ਕੋਈ ਟੁਕੜਾ ਰਹਿ ਗਿਆ ਉਹ ਨਿਕਲ ਜਾਏਗਾ। ਸਾਰੀਆਂ ਚੀਜ਼ਾਂ ਦਾ ਫਲੇਵਰ ਜਿਹੜਾ ਹੈ ਪੂਰੀ ਡਰਿੰਕ ਦੇ ਵਿੱਚ ਆ ਗਿਆ, ਬਹੁਤ ਹੀ ਜ਼ਿਆਦਾ ਲਾਜਵਾਬ ਡਰਿੰਕ ਇਹ ਬਣ ਕੇ ਤਿਆਰ ਹੁੰਦੀ ਹੈ। ਜਿਹੜੀ ਮਿੱਠਾ ਹੈ ਉਹ ਤੁਸੀਂ ਟੇਸਟ ਕਰ ਲੈਣਾ, ਜੇ ਤੁਹਾਨੂੰ ਲੱਗੇ ਵੀ ਘੱਟ ਹੈ ਤਾਂ ਤੁਸੀਂ ਉਹਨੂੰ ਹੋਰ ਇਹਦੇ ਵਿੱਚ ਚੀਨੀ ਜਾਂ ਗੁੜ ਜਿਹੜਾ ਹੋਰ ਪਾ ਸਕਦੇ ਹੋ। ਇਹ ਠੰਡੀ ਠੰਡੀ ਲਾਜਵਾਬ ਡਰਿੰਕ ਜਿਹੜੀ ਹੈ ਸਰਵ ਕਰ ਲੈਂਦੇ ਹਾਂ। ਗਰਮੀਆਂ ਦੇ ਵਿੱਚ ਤੁਸੀਂ ਇਹ ਬਣਾਇਓ ਜ਼ਰੂਰ, ਬਹੁਤ ਜ਼ਿਆਦਾ ਟੇਸਟੀ ਬਣ ਕੇ ਇਹ ਤਿਆਰ ਹੁੰਦੀ ਹੈ। ਕਲਰ ਦੇਖੋ ਕਿੰਨਾ ਵਧੀਆ ਆਇਆ। ਉੱਤੋਂ ਦੀ ਗਾਰਨਿਸ਼ ਕਰ ਦਿੰਦੇ ਹਾਂ ਇੱਕ ਪੁਦੀਨਾ ਦੇ ਪੱਤੇ ਦੇ ਨਾਲ। ਰੈਸਿਪੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਅਤੇ ਚੱਲਦੇ ਹਾਂ ਦੂਸਰੀ ਡਰਿੰਕ ਬਣਾਉਣ। ਦੂਸਰੀ ਡਰਿੰਕ ਬਣਾਉਣ ਲਈ ਫਿਰ ਮੈਂ ਗ੍ਰਾਈਂਡਰ ਜਾਰ ਜਿਹੜਾ ਲੈ ਲਿਆ, ਇਹਦੇ ਵਿੱਚ ਆਪਾਂ ਪਾਵਾਂਗੇ ਦਹੀਂ। ਦਹੀਂ ਜਿਹੜਾ ਉਹ ਖੱਟਾ ਬਿਲਕੁਲ ਨਹੀਂ ਹੋਣਾ ਚਾਹੀਦਾ, ਨਹੀਂ ਤਾਂ ਫਿਰ ਜਿਹੜਾ ਡਰਿੰਕ ਹੈ ਇਹਦਾ ਟੇਸਟ ਨਹੀਂ ਆਏਗਾ, ਇੱਕਦਮ ਖੱਟਾ ਖੱਟਾ ਆਏਗਾ। ਹੁਣ ਇਹਦੇ ਵਿੱਚ ਮੈਂ ਪਾ ਰਹੀ ਹਾਂ ਰੂਹ ਅਫਜ਼ਾ 2 ਚਮਚ। ਥੋੜ੍ਹਾ ਜਿਹਾ ਪਾਣੀ ਪਾਉਣਾ, ਆਈਸ ਕਿਊਬ ਪਾ ਦੇਣੀ ਹੈ। ਬਸ ਇਹ ਸਾਰੀਆਂ ਚੀਜ਼ਾਂ ਵੀ ਗ੍ਰਾਈਂਡ ਕਰ ਲੈਂਦੇ ਹਾਂ। ਦੂਸਰੀ ਡਰਿੰਕ ਵੀ ਸਾਡੀ ਬਣ ਕੇ ਤਿਆਰ ਹੈ। ਮਿੱਠਾ ਤੁਸੀਂ ਟੇਸਟ ਕਰ ਲੈਣਾ ਆਪਣੇ ਹਿਸਾਬ ਨਾਲ, ਜਿੱਦਾਂ ਦਾ ਵੀ ਤੁਹਾਨੂੰ ਚਾਹੀਦਾ ਤੁਸੀਂ ਉਸ ਹਿਸਾਬ ਨਾਲ ਇਹਦੇ ਵਿੱਚ ਹੋਰ ਜ਼ਿਆਦਾ ਖੰਡ ਖੁੰਡ ਜਾਂ ਰੂਹ ਅਫਜ਼ਾ ਵਗੈਰਾ ਪਾ ਸਕਦੇ ਹੋ। ਦੇਖਣ ਦੇ ਵਿੱਚ ਹੀ ਕਿੰਨੀ ਵਧੀਆ ਲੱਗ ਰਹੀਆਂ ਦੋਨੋਂ ਡਰਿੰਕ। ਥੋੜ੍ਹੇ ਜਿਹੇ ਉੱਤੋਂ ਗਾਰਨਿਸ਼ ਕਰ ਦਿੰਦੇ ਹਾਂ ਕੱਟੇ ਹੋਏ ਪਿਸਤਾ ਅਤੇ ਬਦਾਮ ਦੇ ਨਾਲ। ਤੁਸੀਂ ਚਾਹੋ ਤਾਂ ਇਹਦੇ ਵਿੱਚ ਵੀ ਤੁਸੀਂ ਪਿਸਤਾ ਅਤੇ ਬਦਾਮ ਪਾ ਸਕਦੇ ਹੋ,
ਦੋਨਾਂ ਵਿੱਚੋਂ ਕਿਹੜੀ ਰੈਸਪੀ ਤੁਹਾਨੂੰ ਜ਼ਿਆਦਾ ਚੰਗੀ ਲੱਗੀ ਹੈ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ। ਦੋਨੋਂ ਦੇ ਦੋਨੋਂ ਡਰਿੰਕ ਜਿਹੜੀਆਂ ਬਹੁਤ ਜ਼ਿਆਦਾ ਰਿਫਰੈਸ਼ਿੰਗ ਬਣ ਕੇ ਤਿਆਰ ਹੁੰਦੀਆਂ ਗਰਮੀਆਂ ਵਿੱਚ, ਤਾਂ ਖਾਸ ਕਰਕੇ ਤੁਸੀਂ ਬਣਾ ਕੇ ਇਹਨੂੰ ਫਰਿੱਜ ਵਿੱਚ ਵੀ ਰੱਖ ਸਕਦੇ ਹੋ। ਜਿਹੜੀ ਗੁੜ ਵਾਲੀ ਡਰਿੰਕ ਹੈ ਇਹਦੇ ਵਿੱਚ ਆਪਾਂ ਥੋੜ੍ਹਾ ਜਿਹਾ ਤਿੱਖਾ ਫਲੇਵਰ ਪਾਇਆ ਕਿਉਂਕਿ ਚਟਪਟਾ ਫਲੇਵਰ ਇਵੇਂ ਲੱਗਦਾ ਜਿਵੇਂ ਆਪਾਂ ਬਾਹਰ ਰੇਹੜੀ ਦੇ ਉੱਤੇ ਖੜ੍ਹੇ ਹੋ ਕੇ ਰੋਹ ਪੀ ਰਹੇ ਹੁੰਦੇ ਹਾਂ ਜਾਂ ਗੰਨੇ ਰਸ ਜਿਹਨੂੰ ਆਪਾਂ ਬੋਲਦੇ ਹਾਂ ਉਹ ਪੀ ਰਹੇ ਹੁੰਦੇ ਹਾਂ, ਇਵੇਂ ਲੱਗਦੀ ਹੈ ਗੁੜ ਵਾਲੀ ਇਹ ਡਰਿੰਕ। ਔਰ ਜਿਹੜੀ ਇਹ ਹੈ ਇਹ ਕਿਸੇ ਵੀ ਲੱਸੀ ਦੇ ਨਾਲੋਂ ਘੱਟ ਨਹੀਂ ਹੈ, ਬਿਲਕੁਲ ਹੀ ਬਹੁਤ ਹੀ ਜ਼ਿਆਦਾ ਟੇਸਟੀ ਇਹ ਬਣ ਕੇ ਤਿਆਰ ਹੁੰਦੀ ਹੈ। ਦੋਨਾਂ ਵਿੱਚੋਂ ਜਿਹੜੀ ਰੈਸਪੀ ਤੁਹਾਨੂੰ ਪਸੰਦ ਆਈ ਹੈ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇਕਰ ਦੋਨੋਂ ਪਸੰਦ ਆਈ ਹੈ ਲਾਈਕ ਕਰਿਓ, ਸ਼ੇਅਰ ਕਰਿਓ, ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਮਿਲਦੇ ਇੱਦਾਂ ਦੀ ਨਵੀਂ ਰੈਸਪੀ ਲੈ ਕੇ, ਉਦੋਂ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ।